ਉੜੀਸਾ ਵਿੱਚ ਗੁਰਦੁਆਰਾ ਮੰਗੂ ਮੱਠ ਦੇ ਢਾਏ ਜਾਣ ਤੋਂ ਬਾਅਦ ਇਹ ਮੁੱਦਾ ਕਾਫੀ ਭਖਿਆ ਹੋਇਆ ਸੀ। ਸਿੱਖ ਸੰਗਤਾਂ ਵਿੱਚ ਇਸ ਨੂੰ ਲੈ ਕੇ ਕਾਫੀ ਰੋਸ਼ ਪਾਇਆ ਜਾ ਰਿਹਾ ਸੀ। ਮੰਗੂ ਮੱਠ ਦੁਬਾਰਾ ਉਸੇ ਥਾਂ ਤੇ ਬਣਾਉਣ ਦੀ ਮੰਗ ਵੀ ਉੜੀਸਾ ਸਰਕਾਰ ਨੂੰ ਕੀਤੀ ਜਾ ਰਹੀ ਸੀ, ਜਿਸ ਦੇ ਚਲਦਿਆਂ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਦਾ ਇੱਕ ਇੱਕ ਇਕੱਠ ਉੜੀਸਾ ਪਹੁੰਚਿਆ ਤੇ ਉੜੀਸਾ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰ ਧਰਨੇ ਵੀ ਲਗਾਏ ਗਏ। ਉੜੀਸਾ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਉਹ ਲੁਧਿਆਣਾ ਵਾਪਸ ਪਰਤੇ ਨੇ, ਜਿੱਥੇ ਉੜੀਸਾ ਸਰਕਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਅੱਜ ਲੋਕ ਇਨਸਾਫ ਪਾਰਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਦੱਸਿਆ ਗਿਆ ਕਿ ਉੱਥੇ ਗੁਰਦੁਆਰਾ ਸਾਹਿਬ ਦੇ ਹਾਲਾਤ ਕੀ ਨੇ, ਮੰਗੂ ਮੱਠ ਤੇ ਕਿੰਨੀ ਥਾਂ ਨੂੰ ਢਹਿ ਢੇਰੀ ਕੀਤਾ ਗਿਆ ਹੈ। ਬਲਵਿੰਦਰ ਬੈਂਸ ਨੇ ਕਿਹਾ ਕਿ ਉੜੀਸਾ ਦੀ ਸਰਕਾਰ ਦੇ ਨਾਲ ਉਹਨਾਂ ਦੀ ਸਿੱਧੀ ਗੱਲਬਾਤ ਹੋਈ ਹੈ। ਉੜੀਸਾ ਸਰਕਾਰ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਸੁੰਦਰੀਕਰਨ ਦਾ ਨਕਸ਼ਾ ਜ਼ਰੂਰ ਰਿਵਿਊ ਕਰਵਾਉਣਗੇ ਤੇ ਨਾਲ ਹੀ ਗੁਰੂ ਘਰ ਦੀ ਇਮਾਰਤ ਵੀ ਉਸਾਰਨਗੇ। ਉੱਥੇ ਇਸ ਮੁੱਦੇ ਤੇ SGPC ਦੇ ਪ੍ਰਧਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਚਾਵਾਂ ਐਸੀਆਂ ਸਨ, ਕੁਛ ਕਹਿੰਦੇ ਸੀ ਮੰਗੂ ਮੱਠ ਢਾ ਦਿੱਤਾ ਹੈ, ਕੁਛ ਕਹਿੰਦੇ ਸੀ ਨਹੀਂ ਢਾਇਆ, ਤੇ ਮਨ ਦੀ ਸੋਚ ਸੀ ਕਿ ਆਓ ਦੇਖਣ ਚੱਲੀਏ। ਬਹਾਨੇ ਨਾਲ ਹੀ ਕਈ ਵਾਰੀ ਕਰਮਾਂ ਦਾ ਦਰਵਾਜ਼ਾ ਖੁੱਲ੍ਹ ਜਾਂਦਾ, ਦਰਸ਼ਨ ਹੋ ਜਾਂਦੇ ਆ। ਮੇਰੇ ਵੀ ਕਰਮ ਐਸੇ ਹੈ ਕਿ ਬਹਾਨਾ ਬਣਿਆ, ਅਸੀਂ ਉੱਥੇ ਮੇਰੇ ਸਾਥੀ ਅਸੀਂ ਗਏ, ਛੋਟੇ ਭਾਈ ਸਾਹਿਬ ਸਿਮਰਜੀਤ ਜੀ ਵੀ ਗਏ, ਔਰ ਜੋ ਕੁਛ ਅਸੀਂ ਉੱਥੇ ਦੇਖਿਆ, ਮੈਂ ਸ਼ਰਧਾ ਨਾਲ ਸੀਸ ਝੁਕਾਉਣਾ। ਮੈਨੂੰ ਐ ਮੇਰੀ ਆਤਮਾ ਬੋਲਦੀ ਸੀ ਕਿ ਤੇਰੇ ਨਾਲੋਂ ਜ਼ਿਆਦਾ ਸ਼ਰਧਾ ਉੜੀਆ ਲੋਕਾਂ ਵਿੱਚ ਮੈਂ ਦੇਖ ਕੇ ਆਇਆ। ਜਿਹੜੇ ਪੰਜਾਬੀ ਜਾਣਦੇ ਨਹੀਂ, ਪੰਜਾਬੀ ਬੋਲਦੇ ਨਹੀਂ, ਪੰਜਾਬੀ ਸਮਝਦੇ ਨਹੀਂ, ਪਰ ਉਹ ਇਹ ਗੱਲ ਜ਼ਰੂਰ ਕਹਿੰਦੇ ਆ ਕਿ ਬਾਬਾ ਨਾਨਕ ਸਾਡਾ ਪੁਸ਼ਤਾਨੀ ਗੁਰੂ ਹੈ। ਸ਼ਰਧਾ ਨਾਲ ਸੀਸ ਝੁਕਾਉਂਦੇ ਹੈ। ਬਹੁਤ ਸਾਰੇ ਪਰਿਵਾਰ ਐਸੇ ਹੈ ਜਿਹੜੇ ਮੂਲ ਮੰਤਰ ਦਾ ਜਾਪ, ਜਿਹੜੇ ਅਰਦਾਸ ਵੀ ਕਰਦੇ ਆ, 10 ਗੁਰੂਆਂ ਦੇ ਨਾਂ ਲੈ ਕੇ ਅਰਦਾਸ ਕਰਦੇ ਆ, ਔਰ ਮੈਂ ਉਹਨਾਂ ਦਾ ਧੰਨਵਾਦ ਕਰਦਾ। ਔਰ ਅਸੀਂ ਗਵਰਨਰ ਸਾਹਿਬ ਨੂੰ ਮਿਲੇ ਪਹਿਲਾਂ। ਗਵਰਨਰ ਸਾਹਿਬ ਨੂੰ ਮਿਲਣ ਤੋਂ ਬਾਅਦ ਫਿਰ ਸਾਨੂੰ ਇੱਕ ਛੋਟਾ ਧਰਨਾ ਲਾਉਣਾ ਪਿਆ, ਕਿਉਂਕਿ ਅਸੀਂ ਕਈ ਦਿਨ CM ਸਾਹਿਬ ਤੋਂ ਸਮਾਂ ਮੰਗਦੇ ਰਹੇ, ਪਰ CM ਸਾਹਿਬ ਦਿੱਲੀ ਆ ਗਏ ਹੋਏ ਸੀ, ਸਾਡਾ ਟਾਈ ਅਪ ਨਹੀਂ ਹੋ ਸਕਿਆ। ਜਦੋਂ ਅਸੀਂ ਧਰਨਾ ਲਾਇਆ, ਉੱਥੇ ਦੀ ਪ੍ਰੈਸ ਨੇ ਲਾਈਵ ਕਰਤਾ, CM ਸਾਹਿਬ ਉਸ ਦਿਨ ਆ ਗਏ ਸੀ। ਅਸੀਂ ਧਰਨਾ ਲਾ ਕੇ ਜਦੋਂ ਵਾਪਸ ਗੁਰੂ ਘਰ ਆਏ ਤਾਂ ਸਾਨੂੰ ਮਗਰ ਮੈਂ ਧੰਨਵਾਦ ਕਰਦਾ ਫਿਰ ਉੜੀਸਾ ਦੀ ਸਰਕਾਰ ਦਾ, ਕਿ ਉੜੀਸਾ ਦੀ ਸਰਕਾਰ ਵੱਲੋਂ ਸੁਨੇਹਾ ਆਇਆ ਕਿ ਤੁਸੀਂ ਬਿਨਾਂ ਮਨਜ਼ੂਰੀ ਤੋਂ ਧਰਨਾ ਲਾਇਆ। ਅਸੀਂ ਬਲਵਿੰਦਰ ਸਿੰਘ ਬੈਂਸ ਸਰਪ੍ਰਸਤ ਲੋਕ ਇਨਸਾਫ ਪਾਰਟੀ, ਉਹਨਾਂ ਦੀ ਅਗਵਾਈ ਥੱਲੇ ਗਏ ਸਰਦਾਰ ਜਗਜੋਤ ਸਿੰਘ ਖਾਲਸਾ, ਜਿਹੜੇ ਸਾਡੇ ਲੋਕ ਇਨਸਾਫ ਪਾਰਟੀ ਦੇ ਧਾਰਮਿਕ ਪਿੰਗ ਦੇ ਮੁਖੀ ਹੈ, ਸਰਦਾਰ ਰਣਧੀਰ ਸਿੰਘ ਜੀ ਸਿਵੀਆ ਸਾਹਿਬ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ, ਸਰਦਾਰ ਜਸਵਿੰਦਰ ਸਿੰਘ ਜੀ ਖਾਲਸਾ, ਸਤਿਕਾਰਯੋਗ ਪ੍ਰੋਫੈਸਰ ਜਗਮੋਹਨ ਸਿੰਘ ਜੀ, ਨੰਬਰਦਾਰ ਮੋਹਨ ਸਿੰਘ ਜੀ ਢਿੱਲੋਂ, ਸ਼੍ਰੀ ਮਨੀਸ਼ ਵਿਨਾਇਕ ਜੀ, ਪ੍ਰੋਫੈਸਰ ਜਸਵੰਤ ਸਿੰਘ ਜੀ ਗੱਜਣ ਮਾਜਰਾ ਜਿਹੜੇ ਸਕੱਤਰ ਜਨਰਲ ਨੇ ਲੋਕ ਇਨਸਾਫ ਪਾਰਟੀ ਦੇ, ਅਸੀਂ ਸਾਰੇ ਸਾਥੀ ਜਿਹੜੇ ਹਾਂ ਜਾ ਕੇ ਬੇਨਤੀ ਕੀਤੀ ਹੈ। ਅਤੇ ਸਭ ਤੋਂ ਵੱਡੀ ਜਿਹੜੀ ਗੱਲ ਕਿ ਉੜੀਸਾ ਦੀ ਸਰਕਾਰ ਨੇ ਇਹ ਬੇਨਤੀ ਪ੍ਰਵਾਨ ਕੀਤੀ ਹੈ, ਅਸੀਂ ਰਿਣੀ ਹਾਂ, ਧੰਨਵਾਦ ਕਰਦੇ ਹਾਂ। ਐਂਡ ਉਦੋਂ ਵੱਡਾ ਉਹਨਾਂ ਨੇ ਜਿਹੜਾ ਸਥਾਨ ਜਿੱਥੇ ਗੁਰੂ ਨਾਨਕ ਸਾਹਿਬ ਨੇ ਦੇਵ ਸਥਲੀ ਬੋਲ ਦਿੰਦੇ ਆ, ਜਿੱਥੇ ਕੋਈ ਦੇਵਤਾ ਬੈਠ ਕੇ ਪਾਠ ਪੂਜਾ ਕਰਦਾ, ਉੱਧਰਲੀ ਭਾਸ਼ਾ 'ਚ ਦੇਵ ਸਥਲੀ ਕਹਿੰਦੇ ਆ, ਉਹ ਦੇਵ ਸਥਲੀ ਜਿਹੜੀ ਗਰਾਈ ਸੀ, ਉੱਥੇ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਇੱਕ ਆਲੀਸ਼ਾਨ ਗੁਰਦੁਆਰਾ ਸਾਹਿਬ ਰਿਣੀ ਆ, ਬੌਲੀ ਸਾਹਿਬ, ਨਾਨਕ ਮੱਠ, ਇਹ ਸਾਰੀਆਂ ਜਿਹੜੀਆਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਸਾਨੂੰ ਵਿਰਾਸਤ ਦੇ ਵਿੱਚ ਮਿਲੀਆਂ
ਜਗ੍ਹਾ ਪਵਿੱਤਰ ਹੈ ਉਹ ਸਾਰੀਆਂ ਸਿੱਖ ਕੌਮ ਦੇ ਸਪੁਰਦ। ਔਰ 513 ਕਿਲੋਮੀਟਰ ਕੋਰੀਡੋਰ ਹੈ ਜਿੱਥੋਂ ਵੈਸਟ ਬੰਗਾਲ ਤੋਂ ਗੁਰੂ ਨਾਨਕ ਸਾਹਿਬ ਉੜੀਸਾ 'ਚ ਦਾਖਲ ਹੋਏ, ਪੈਦਲ ਯਾਤਰਾ ਕਰਕੇ ਉਹ ਪੁਰੀ ਜਗਨਨਾਥ ਮੰਦਿਰ ਜਿੱਥੇ ਆਰਤੀ ਦਾ ਉਚਾਰਨ ਕੀਤਾ। ਇਹ 513 ਕਿਲੋਮੀਟਰ ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਕੋਲ ਵੀ ਸਨਿਮਰ ਬੇਨਤੀ ਕਰਾਂਗੇ ਵੀ ਇਸ ਕੋਰੀਡੋਰ ਨੂੰ ਅਤਿ ਸੁੰਦਰ, ਇਸ ਕੋਰੀਡੋਰ ਦੇ ਉੱਤੇ ਗੁਰੂ ਨਾਨਕ ਸਾਹਿਬ ਕਿਹੜੇ ਘਰ ਦੇ ਵਿੱਚ ਕਿੰਨੇ ਦਿਨ ਰੁਕੇ, ਪੂਰਾ ਇਤਿਹਾਸ, ਤਾਂ ਕਿ ਜਿਹੜੀ ਸਾਡੀ ਜਨਰੇਸ਼ਨ ਹੈ, ਆਉਣ ਵਾਲੀ ਪੀੜ੍ਹੀ ਆ, ਉਹ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਦੇ ਉੱਤੇ ਅਮਲ ਕਰਕੇ ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ 'ਤੇ ਚੱਲ ਸਕੇ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਦੇ ਸਾਂਝੇ ਨੇ, ਇਸ ਕਰਕੇ ਪੰਜਾਬ ਸਰਕਾਰ ਨੂੰ ਵੀ ਆਪਣੇ ਪੱਧਰ ਤੇ ਉੜੀਸਾ ਵਿੱਚ ਸਥਿਤ ਧਾਰਮਿਕ ਸਥਾਨਾਂ ਦੀ ਉਸਾਰੀ ਤੇ ਨਵੇਂ ਗੁਰਦੁਆਰਾ ਬਣਾਉਣ ਲਈ ਰਾਬਤਾ ਕਾਇਮ ਰੱਖਣਾ ਚਾਹੀਦਾ ਹੈ।